ਕਿੱਦਾਂ ਕੀ ਹਾਲ ਚਾਲ ਮੇਰੇ ਹੀਰੋਆਂ ਦਾ? ਅਸੀਂ ਸ਼ੋਅ ਕਰਨ ਇੰਗਲੈਂਡ ਗਏ ਸੀਗੇ ਅਤੇ ਅੱਜ ਉਹ ਤੁਹਾਨੂੰ ਕੁਛ ਸ਼ੋਅ ਦੇ ਵਿੱਚੋਂ ਵੀਡੀਓ ਦਿਖਾਉਣਾ ਮੈਂ ਅਤੇ ਨਾਲੇ ਮਿਲਾਉਣਾ ਇੰਗਲੈਂਡ ਦੇ ਵਿੱਚ ਆਪਣੇ ਮਿੱਤਰਾਂ ਨੂੰ ਅਤੇ ਲਓ ਮਹਾਰਾਜ ਪਹੁੰਚ ਗਏ ਅਸੀਂ ਇੰਗਲੈਂਡ ਅਤੇ ਮਿਲੋ ਮੇਰੇ ਮਿੱਤਰਾਂ ਨੂੰ। ਕਹਿੰਦਾ ਹਾਂ ਵੀ ਦੋ ਕੱਪ ਚਾਹ ਦੇ ਬਣਾ ਦੇ। ਚਾਹ ਦੇ ਬਣਾ ਤੇ ਉਹ ਗਿਆ ਅੰਦਰ ਨੂੰ ਛੋਟੀ ਜਿਹੀ ਸ਼ੋਪ ਸੀ ਪੁਰਾਣੀਆਂ, ਥੱਲੇ ਉਹਨੇ ਬੇਸਣ ਦਾ ਗੰਢ ਲਾਇਆ ਸੀਗਾ, ਪਹਿਲਾਂ ਸਿੱਧਾ ਹੀ ਗਿਆ, ਦੋ ਪੈਰ ਜਾਂਦੇ ਨੇ ਲਾਏ, ਦੋ ਇੱਧਰ ਨੂੰ ਘੁੰਮ ਗਿਆ, ਇੱਦਾਂ ਦੇਖਿਆ ਹੀ ਨਹੀਂ, ਹਾਂ ਇੱਦਾਂ ਘੁੰਮ ਕੇ ਕੱਖਾਂ ਜਦ ਦੇ ਕੇ ਫੇਰ ਘੁੰਮਿਆ, ਮਗਰ ਚਾਰ ਪੈਰ ਲੱਗ ਗਏ ਉੱਧਰ। ਉਹ ਕਹਿੰਦਾ ਵੀ ਮੇਰਾ ਭਾਈਆ ਤੂੰ ਬੇਸਣ ਖਰਾਬ ਕਰਤਾ, ਉਹ ਕਹਿੰਦਾ ਮੇਰੀ ਤਾਂ ਤੌੜੀ ਦੀ ਜੁੱਤੀ ਖਰਾਬ ਕਰਤੀ। ਉਹ ਬੀ ਸੀ ਆਰ ਇੱਦਾਂ ਦਾ ਸੀਗਾ ਨਾ ਇੱਕ, ਉਹ ਰਾਤ ਨੂੰ ਲਾ ਦੇਣਾ, ਉਹਨੇ ਸ਼ਰਾਬੀ ਸ਼ਰੂਬੀ ਹੋ ਕੇ ਸਾਰੀ ਜਾਂਦਾ ਸੌ ਜਾਣਾ, ਭਾਈ ਨੇ ਇਕੱਲੇ ਨੇ ਬੈਠਾ ਬੁੱਠਾ ਰਹਿਣਾ ਦੇ ਜਾਣਾ। ਉਹ ਕਹਿੰਦਾ ਯਾਰ ਪਿੰਦਿਆ ਉੱਠ, ਕਹਿੰਦਾ ਤੰਬੀ ਵਾਲੇ ਨੇ ਬਹੁਤ ਰਾਤ ਦਾ ਤੰਗ ਕੀਤਾ, ਕਹਿੰਦਾ ਇਹ ਬੰਦੇ ਹੀ ਨੀ ਹੁੰਦਾ, ਚੱਲੀ ਜਾਂਦਾ ਬੈਂਦਰ ਕੀ ਲੱਗਾ ਸੀਗਾ। ਕਹਿੰਦਾ ਭਰਾਵਾ ਆ ਤੰਬੀ ਵਾਲੇ ਨੂੰ ਬੰਦ ਇਹਦੀ ਬੰਦ ਨੀ ਕਰਨਾ ਆਉਂਦਾ ਸੀ, ਬਾਕੀ ਦਾ ਕੰਮ ਤੇ ਨੀ ਜਾਣਾ, ਸੌ ਜਾਂਦੇ ਸੀ ਉਹ ਮੁੜ ਕੇ ਫੇਰ ਲੱਗ ਜਾਂਦਾ ਆਪਣੇ ਆਪ। ਕਹਿੰਦਾ ਯਾਰ ਰਾਤ ਦਾ ਬਹੁਤ ਤੁਸੀਂ ਕੀਤਾ ਤੰਬੀ ਵਾਲੇ, ਜਸਵਿੰਦਰ ਬਰਾੜ ਲਾ ਦੇਣੀ ਉਹਨੂੰ, ਕਿਹੜਾ ਦਰਿੰਦਰ ਬੀਬਾ ਦੀ ਕੁੜੀ ਬਹੁਤ ਗਾਉਂਦੀ ਵਧੀਆ। ਫਿਰ ਜਿਹਦੇ ਘਰ ਰਹਿੰਦੇ ਸੀ ਰੈਂਟ ਦੇ ਹਨਾ, ਉਹਨੂੰ ਕਹਿਤਾ ਵੀ ਪਾਪਾ ਘਰ ਆਪਣਾ ਵੀ ਉਹ ਰੈਂਟ ਵਾਲਾ ਬੰਦਾ ਆ ਵੀ ਇਹਦੇ ਕੋਲ ਮਹੀਨੇ ਦਾ ਲੈਣਾ ਆ, ਉਹਨੂੰ ਪੁੱਛਣ ਲੱਗ ਪਿਆ ਹੁਣ ਫਿਰ ਰੈਂਟ ਤੂੰ ਟਾਈਮ ਨਾਲ ਦੇਣਾ ਉਹਨਾਂ ਕਿ ਨਹੀਂ, ਅਸੀਂ ਤਾਂ ਮਾਮਲਾ ਉੱਥੇ ਲੈ ਲਈਦਾ। ਉਹ ਬੰਦਾ ਚੰਗਾ ਸੀਗਾ, ਕਹਿੰਦਾ ਪਿੰਜਾ ਬੰਦਾ ਤਾਂ ਚੰਗਾ, ਰੋਟੀ ਰੋਟੀ ਵੀ ਤੁਹਾਨੂੰ ਬਣਾ ਕੇ ਦੇ ਜਾਂਦਾ ਮਾਮਲਾ। ਬਹੁਤ ਬੜਾ ਸ਼ੁਕਰੀ ਜੀ, ਟਰੈਕਟਰ ਲੈਣ ਚੱਲ ਗਿਆ ਜੀਟਰ, ਬੁੱਢੇ ਸਾਡੇ ਨੇ ਕਹਿ ਦਿੱਤਾ ਕਹਿੰਦਾ ਮਾਸੜਾ ਵੀ ਜੀਟਰ ਨਹੀਂ ਲੈਣਾ, ਇਹਦਾ ਸਾਲ ਇੱਦਾਂ ਦਾ ਜਾਂ ਆਪਾਂ ਲੈਣਾ ਐਂਟਰ। ਉਹ ਕਹਿੰਦਾ ਕਾਉਠੋ ਧੰਨਿਆ, ਲੀਟਰ ਲੂਟਰ ਨਹੀਂ ਲੈਣਾ, ਕਹਿੰਦਾ ਲੈਣਾ ਤਾਂ ਐਂਟਰ ਹੀ ਲੈਣਾ, ਕਿਉਂਕਿ ਫੜਦਾ ਉਹਦੀਆਂ ਸੀ ਨਾ, ਲੀਟਰ ਨਹੀਂ ਲੈਣਾ ਕਹਿੰਦਾ ਲੀਟਰ ਨੂੰ। ਮੇਰੇ ਨਾਲ ਬਹੁਤ ਲੜੀ ਜਾਣਾ ਉਹਨੇ, ਇੰਡੀਆ ਹੀ ਉੱਥੇ ਉਹਨਾਂ ਦੇ ਪਿੰਡ ਹੀ, ਜੇ ਮੈਂ ਸਾਬਣ ਲਾ ਲੈਣਾ ਝੱਕ ਲੈਣੀ, ਉਹ ਤੇਰਾ ਤਾਂ ਅੱਗੇ ਹੀ ਬਹੁਤ ਰੰਗ ਉਰਾਇਆ, ਤੂੰ ਕਦੇ ਲਾਈ ਜਾਂਦੀ ਕਿੱਦਾਂ ਝੱਕ ਕੀਤੀ ਸਾਧੂ ਖੜ ਇੱਥੇ। ਉਹ ਕਹਿੰਦਾ ਹਾਂਜੀ, ਉਹਨੂੰ ਤਾਂ ਚਲੋ ਰੁਪਈਏ 5 ਮਿੰਟ ਨੇ ਸੀ ਤੇ ਉਹਨੂੰ ਖੜਾ ਕਰਕੇ ਟਰੈਕਟਰ ਦਾ ਕੇ ਭੰਗੜਾ ਵੀ ਪਾਉਣਾ, ਉਹਨੇ ਕਿਹਾ ਕਿ ਉੱਦਾਂ ਹੀ ਹੋਊਗਾ। ਸਾਧੂ ਉੱਥੇ ਖੜਿਆ ਕਰੇ, ਕਲੱਚ ਛੱਡਿਆ ਕਰੇ, ਖੜੋ ਚਕੜੂ, ਸਾਧੂ ਵੇ ਨੱਟ ਜਾ ਕਰੇ, ਡਿੰਗ ਡੇਟੀ ਕਹਿੰਦਾ ਨੱਟ ਜਾ ਕਰੇ। ਉਹ ਫਿਰ ਉਹਨੂੰ ਫਿਰ ਦੋ ਬੰਦੇ ਖਿੱਚ ਕੇ ਲਿਆ, ਸਾਧੂ ਉੱਥੇ ਲੈਣ ਤੇ ਖੜ ਭੰਗੜਾ ਪਾਉਣ। ਬਹੁਤ ਵਧੀਆ ਯਾਰ, ਬਹੁਤ ਵਧੀਆ। ਫਿਰ ਉਹ ਟਾਲੀ ਲੈ ਕੇ ਚੱਲ ਗਿਆ ਸੀ ਕਿਤੇ ਮੇਲੇ ਨੂੰ, ਬਾਬੇ ਬਾਲਕ ਨਾਥ ਤੇ ਸ਼ੁਰੂ ਹੋਏ ਜਾਣ ਨੂੰ, ਜਦੋਂ ਮੁੰਡੇ ਮੁੰਡੇ ਇਕੱਠੇ ਕਰਕੇ ਆਪਣੇ ਜਾਣਾ, ਚਲੋ ਵੀ ਤੂੰ ਵੀ ਚੱਲ ਤੂੰ ਵੀ ਚੱਲ। ਬਿੰਦੂ ਹੁਣੀ ਤਾਂ ਇੱਕ ਵਾਰੀ ਜਾ ਆਏ ਸੀ ਇਹ, ਤੇ ਇਹਨੇ ਕੀ ਕੀਤਾ ਮੁੜ ਕੇ ਦੁਬਾਰਾ ਫਿਰ ਲੋਕ ਇਕੱਠੇ ਕਰ ਲਏ ਪਿੰਡ ਦੇ ਮੁੰਡੇ ਮੁੰਡੇ ਹੋਰ ਵੀ, ਪਾ ਲਿਆ ਟਰੈਕਟਰ ਪਹਾੜਾਂ ਨੂੰ, ਪਹਾੜਾਂ ਤੇ ਜਾ ਕੇ ਜਦੋਂ ਉੱਤੋਂ ਚੜੇ ਥੱਲੇ ਤਰਾਈ ਨੂੰ ਗੇਅਰ ਨਿਕਲ ਗਿਆ। ਹਾਂਜੀ, ਉਹ ਗੇਅਰ ਨਿਕਲਣ ਦੇ ਨਾਲ ਟਰੈਕਟਰ ਦੀ ਇੰਨੀ ਸਪੀਡ ਹੋ ਗਈ, ਉਹ ਬੰਦੇ ਨੂੰ ਪਤਾ ਨਹੀਂ ਲੱਗੇ ਵੀ ਕੀ ਕਰਾਂ ਹੁਣ। ਉੱਧਰੋਂ ਮੋਹਰੇ ਲੱਗ ਪਿਆ ਟਰੈਕਟਰ ਦਾ, ਉੱਧਰੋਂ ਮੋਹਰੇ ਉਹਨੇ ਪਹਾੜੀ ਜੀ ਆ ਗਈ, ਉਹਨੇ ਟਰੈਕਟਰੋਂ 'ਚੋਂ ਮਾਰਿਆ, ਉਹਦੀ ਹੁੱਕ ਟੁੱਟ ਗਈ। ਬੰਦੇ ਜਿਹੜੇ ਖਿੱਲਰ ਗਏ, ਜਿਹਦਾ ਦਾਣੇ ਨਹੀਂ ਭੁੰਨੀ ਦੇ ਹੁੰਦੇ ਆ, ਖਿੱਲਰ ਖਿੱਲਰ ਗਏ, ਸਾਰੇ ਡਿੱਪ ਹੈ ਕੋ ਕਿਤੇ ਪਾਸੇ ਕਿਤੇ, ਅਤੇ ਟਰਾਲੀ ਤਾਂ ਖੜ੍ਹਨੀ ਸੀ ਉੱਤੇ ਪਹਾੜੀ ਨਾਲ ਲੱਗ ਗਈ। ਉਹ ਮੁੜ ਕੇ ਇੱਕ ਬੰਦਾ ਸਾਡੇ ਪਿੰਡ ਦਾ ਨਸ਼ੇ ਵਾਲਾ ਸੀ, ਉਹ ਖੂੰਜੇ ਬੈਠਾ ਸੀ ਬੈਗ ਲੈ ਕੇ, ਜਿੱਦਾਂ ਆਪਣਾ ਖੂੰਜੇ ਜਿਹਾ ਇਕੱਠਾ ਜਿਹਾ ਹੋ ਗਏ। ਉਹ 20-25 ਮਿੰਟ ਹੋਏ ਉਹਨੂੰ, ਜਦੋਂ ਸੁਰਤ ਆਈ ਕਹਿੰਦਾ ਤੁਰਦੇ ਕਿਉਂ ਨਹੀਂ ਗਏ, ਬਈ ਕੀ ਗੱਲ ਆ, ਟਰਾਲੀ ਕਾਹਦੇ ਖੜੀ ਕੀਤੀ ਆ, ਜਾਣਾ ਨਹੀਂ ਆ, ਤੁਸੀਂ ਤੁਰਦੇ ਕਾਹਦੇ ਨਹੀਂ ਗਏ। ਉਹ ਕਹਿੰਦੇ ਜਿਹਦਾ ਪੰਗਾ ਪਿਆ ਆਇਆ ਤਾਂ ਸਾਰੇ ਤਾਂ ਖਿਲਰੇ, ਕਿਸੇ ਪਾਸੇ ਰੁਕੋ ਕਿਸੇ ਪਾਸੇ, ਤੈਨੂੰ ਤੁਰਦੀ ਪਈ ਆ ਤੈਨੂੰ, ਇੱਦਾਂ ਦੇ ਤਾਂ ਸਾਡੇ ਪਿੰਡ ਦੇ ਘਰ ਹੀ ਕਰਦੇ ਸੀ ਜਿੱਦਾਂ। ਉਹਦੇ ਨਾ ਪੱਗ ਬੰਨਣੀ, ਉਹ ਹਰਕਿਸ਼ਨ ਸਿੰਘ ਸਰਜੀਤ ਵਰਗਾ ਲੱਗਦਾ ਸੀਗਾ, ਅਸੀਂ ਅੱਧੇ ਨੂੰ ਕਹਿਣਾ ਵੀ ਉਹ ਹੀ ਆ ਇਹ ਮੰਨ ਆਇਆ ਇੱਥੇ, 15 ਕੁ ਜਾਣੇ ਨਾਲ ਤੇ ਛਿਪਿਆ ਦੇ ਵਿੱਚ ਬਹਿ ਜਾਣਾ, ਫਿਰ ਫੁੱਫੋ ਨੂੰ ਫੋਨ ਲਾ ਦੇਣਾ, ਉਹ ਧਨਿਆ ਬੋਲ ਵੇਚਦੇ ਹੁਣ, ਇੱਥੇ ਖਰਚਾ ਬਹੁਤ ਆ ਹੁਣ।
होटल खाना भुख लग गई नच के डांस करके गाने सुना के क्यों मामा जी थानू नहीं लगी मैनू बिल्कुल नहीं है सानू तो लग गई भुख मैं सुखा धामी बिंदू भाजी मनमोहन भाजी संगतार भाजी असी सारे ने हुण कट्ठिया ने रल के खाना आया होटल च इट्स अ नाइस होटल तो इन्हों का खाना भी स्वाद आ शो भाई बहुत वधिया ब्रिलियंट तो बट एक मेरा गाना मिस हो गया पूनिया का रंग काला हो गया मेरे यूट्यूब चैनल नू सब्सक्राइब भी करो ते हसो खेलो एंजॉय करो आई लव माय हीरोज़।